ਆਪਾਂ ਗਊ ਦੇ ਦੁੱਧ ਤੋਂ ਮਲਾਈ ਲਾਈ ਸੀ ਅਤੇ ਆਪਾਂ ਬਣਾਵਾਂਗੇ ਜੀ ਮੱਖਣ ਅਤੇ ਘਿਓ। ਅਤੇ ਪਹਿਲਾਂ ਆਪਾਂ ਹੁਣ ਮਲਾਈ ਨੂੰ ਗਰਮ ਕਰ ਲੈਂਦੇ ਹਾਂ ਕਰਕੇ, ਅਤੇ ਵਿੱਚ ਆਪਾਂ ਹੁਣ ਪਾ ਲੈਂਦੇ ਹਾਂ ਜੀ ਜਾ ਕੇ ਇੱਕ ਚਮਚਾ, ਅਤੇ 2 ਘੰਟਿਆਂ ਵਾਸਤੇ ਆਪਾਂ ਰੱਖ ਦਿੰਦੇ ਹਾਂ ਜੰਮਣ ਵਾਸਤੇ। ਅਤੇ ਇਹ ਆਪਣਾ ਹੁਣ ਜੰਮ ਕੇ ਅਤੇ ਵਧੀਆ ਬਣ ਜੂਗਾ। ਅਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ, ਕਮੈਂਟ ਕਰਕੇ ਵੀ ਦੱਸਿਓ। ਅਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖਤਾ ਸੀ ਅਤੇ ਆਪਣਾ ਵਧੀਆ ਜੰਮ ਗਿਆ ਇਹ। ਅਤੇ ਹੁਣ ਆਪਾਂ ਇਹਨੂੰ ਚਮਚੇ ਦੇ ਨਾਲ ਹੀ ਹਿਲਾਉਂਦੇ ਹਾਂ, ਅਤੇ ਇਹਨੂੰ ਹਿਲਾ ਹਿਲਾ ਕੇ ਅਤੇ ਆਪਾਂ ਮੱਖਣ ਬਣਾ ਲੈਂਦੇ ਹਾਂ। ਬਹੁਤ ਜਲਦੀ ਬਸ 5-4 ਮਿੰਟਾਂ 'ਚ ਬਣ ਜਾਂਦਾ। ਅਤੇ ਹੁਣ ਆਪਣੇ ਸਖਤ ਹੋਣ ਲੱਗ ਗਿਆ ਅਤੇ ਮੱਖਣ ਬਣਨਾ ਸ਼ੁਰੂ ਹੋ ਗਿਆ। ਅਤੇ ਆਪਾਂ ਹੁਣ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਲਾਂਗੇ ਅਤੇ ਇਹਨੂੰ ਆਪਾਂ ਫਿਰ ਹਿਲਾ ਲਾਂਗੇ, ਥੋੜ੍ਹਾ ਚਿਰ ਹਿਲਾਈ ਜਾਵਾਂਗੇ ਅਤੇ ਆਪਣਾ ਮੱਖਣ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ। ਅਤੇ ਤੁਸੀਂ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਜਿਹੜੇ ਪਹਿਲਾਂ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ। ਅਤੇ ਜਿਹੜੇ ਨਵੇਂ ਆਏ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਹੁਣ ਆਪਣਾ ਇਹ ਘਿਓ ਮੱਖਣ ਬਿਲਕੁਲ ਬਣ ਚੁੱਕਿਆ, ਅਤੇ ਆਪਾਂ ਥੋੜ੍ਹਾ ਜਿਹਾ ਪਾਣੀ ਹੋਰ ਪਾ ਕੇ ਅਤੇ ਇਹਨੂੰ ਆਪਾਂ ਹੋਰ ਥੋੜ੍ਹਾ ਜਿਹਾ ਹਿਲਾ ਲੈਂਦੇ ਹਾਂ ਕੜਛੀ ਚਮਚੇ ਨਾਲ। ਅਤੇ ਹੁਣ ਆਪਣਾ ਇਹ ਮੱਖਣ ਬਣ ਗਿਆ ਜੀ, ਅਤੇ ਬਹੁਤ ਵਧੀਆ ਬਣ ਕੇ ਮੱਖਣ ਤਿਆਰ ਹੋਇਆ। ਅਤੇ ਹੁਣ ਆਪਾਂ ਇਹਨੂੰ ਬਿਲਕੁਲ ਲੱਸੀ ਕੱਢ ਦਿੰਦੇ ਹਾਂ, ਅਤੇ ਹੁਣ ਆਪਾਂ ਪਿੰਨਾ ਬਣਾ ਕੇ ਅਤੇ ਪਾ ਲੈਂਦੇ ਹਾਂ ਜੀ ਛੰਨੇ ਦੇ ਵਿੱਚ। ਅਤੇ ਆਪਾਂ ਹੁਣ ਇਹਨੂੰ ਕਰਾਂਗੇ ਗਰਮ, ਅਤੇ ਘਿਓ ਬਹੁਤ ਹੀ ਟੇਸਟੀ ਅਤੇ ਵਧੀਆ ਸ਼ੁੱਧ ਬਣ ਕੇ ਘਰ ਦਾ ਘਿਓ ਤਿਆਰ ਹੋਊਗਾ। ਅਤੇ ਹੁਣ ਆਪਾਂ ਇਹਨੂੰ ਸਿਮ ਅੱਗ ਦੇ ਉੱਤੇ ਗਰਮ ਕਰਾਂਗੇ ਘਿਓ ਨੂੰ, ਅਤੇ ਜ਼ਿਆਦਾ ਗੈਸ ਨਹੀਂ ਇਹ ਤੇਜ਼ ਕਰਨਾ ਗਾ, ਸਿਮ ਅੱਗ ਦੇ ਉੱਤੇ ਬਹੁਤ ਵਧੀਆ ਘਿਓ ਗਰਮ ਹੁੰਦਾ। ਅਤੇ ਹੁਣ ਆਪਣਾ ਇਹ ਘਿਓ ਬਿਲਕੁਲ ਬਣ ਚੁੱਕਿਆ, ਪਿਘਲਣਾ ਸ਼ੁਰੂ ਹੋ ਗਿਆ ਅਤੇ ਇਹ ਆਪਣਾ ਘਿਓ ਬਣ ਗਿਆ। ਅਤੇ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਨਿਤਾਰ ਕੇ ਅਤੇ ਵਧੀਆ ਸ਼ੁੱਧ ਅਤੇ ਦੇਸੀ ਘਿਓ ਘਰ ਦਾ ਗਊ ਦੇ ਦੁੱਧ ਤੋਂ ਤਿਆਰ ਹੋਇਆ ਜੀ, ਤੁਸੀਂ ਵੀ ਜ਼ਰੂਰ ਬਣਾਇਓ ਇਸ ਤਰ੍ਹਾਂ। ਅਤੇ